ਤਰੇ ਮਸਲੇ ਸੀ ਨੇ ਪੈ ਦੋਸਤੋ ਪਾਣੀ ਨਹੀਂ ਜਾਣਾ ਕਈ ਵੇਲੇ ਕਹਿੰਦੇ ਇੰਜਨ ਸਟਾਰਟ ਦੀ ਨਾ ਕਈ ਵੇਲੇ ਬੈਲਟ ਲੈ ਆਵੇ ਤੇ ਹੁਣ ਬੈਲਟ ਪਾਏਗਾ ਵੇਂਦੇ ਵੀ ਤੁਸੀਂ ਹੁਣ ਆਪਾਂ ਬੰਨ ਤੇ ਜੁੱਟੀਆਂ ਇਹ ਲੱਡੇ ਵੇ ਇਹ ਸਵੇਰੇ ਖੱਟੇ ਨੇ ਵਾਟਰ ਸਫਾਈ ਥੀ ਪੇ ਕੋਈ ਨਾ ਕੋਈ ਗੱਲ ਵੀ ਇਹ ਚੈੱਕ ਕਰੋ ਜੀ ਇਹ ਖਾਲਾ ਸਾਰਾ ਖਰਾਬ ਥਾ ਪੇ ਇਹ ਜਿਹੜਾ ਖਾਲਾ ਨਾ ਕਾਫੀ ਗੰਦਾ ਹੈ ਅਤੇ ਤੁਕਰ ਪਾਣੀ ਸਾਰਾ ਨਿਕਲ ਵੇਂਦੇ ਕਾਫੀ ਪਾਣੀ ਸਾਇਆ ਥੀ ਵੇ ਇੱਥੋਂ ਘਰੇ ਪੁੱਲੀ ਅਸਾਂ ਬੜੀ ਕਹਿਣਾ ਵਾਸਤੇ ਲੇਕਿਨ ਇੱਥੋਂ ਘਰ ਬਾਈਕ ਹਲ ਟਪਾਉਣ ਵਾਸਤੇ ਪੁੱਲੀ ਬਣਾ ਦਿੱਤੀਆਂ ਨੇ ਜਿਹੜਾ ਪਾਣੀ ਆ ਅਸਾਂ ਕਾਫੀ ਦੂਰ ਨੂੰ ਗਿਣਦੇ ਆਉਂਦੋ ਦੇਖੋ ਕਿਤਨਾ ਫਰਕ ਖਾਲੇ ਗੁੱਸੀ ਸਾਈਡ ਸਾਈਡ ਸਪਰੇ ਕੀਤੀ ਗਈ ਇੱਥੇ ਦੰਗ ਸਫਾ ਤਿਆਰ ਤੇ ਇਹ ਜੀ ਪੁੱਜੀਓ ਆਪਾਂ ਡੀਜ਼ਲ ਖੜਿਆ ਅਲਹਮਦੁਲਿਲਾ ਅਤੇ ਪਿੱਲੇ ਵਾ ਡੀਜ਼ਲ ਕੋਲ ਜ਼ਿਆਦਾ ਲੱਗ ਗਿਆ ਇਹ ਦਫ਼ਾ ਡੀਜ਼ਲ ਕਹਿਣ ਲੱਗ ਗਿਆ ਅਤੇ ਇੰਜਨ ਤਰੇ ਚਾਰ ਵਾ ਬੰਦ ਹੁਣ ਅੱਲਾ ਖੈਰ ਕਰੇ ਸੀ ਚਲਾ ਚੁੱਕ ਦਵਾ ਇੰਜਨ ਬੰਦ ਕਰ ਚਲਾ ਜੀ ਅੱਛਾ ਕਿਹੜੇ ਨਾਲ ਮਸਲਾ ਹੱਲ ਕਰਨਾ ਪੁੱਛ ਇੰਜਨ ਦੀ ਕੰਡੀਸ਼ਨ ਹੀ ਦਿਖਾ ਰਿਹਾ ਵਾਂ ਜੀ ਦੋਸਤੋ ਅਲਹਮਦੁਲਿਲਾ ਇਹ ਵਾਲੀ ਸਾਈਡ ਰਹਿ ਗਈ ਹੈ ਜਿਵੇਂ ਕੋ ਪਾਣੀ ਲੱਗਿਆ ਖੜੇ ਅਤੇ ਮੈਂ ਵੀ ਆ ਗਿਆ ਵਾਪਸ ਬਸ ਲੱਗਦਾ ਪਏ ਇਹ ਗਾਹ ਦੇ ਗਿਨ ਹੋਏ ਸਾਰਾ ਕੁੱਤੇ ਤਬਾਹੀ ਕਰਤੀ ਇਹਨੇ ਅਤੇ ਮਾਸ਼ਾਲਾ ਇੰਜਨ ਵੀ ਸ਼ੁਕਰ ਅਲਹਮਦੁਲਿਲਾ ਚੱਲਦਾ ਖੜੇ ਅੱਲਾ ਕਰੇ ਬੰਦ ਨਾ ਥੀ ਪਏ ਪਾਣੀ ਕੋ ਲੱਗਿਆ ਹੋਇਆ ਆਪਾਂ ਮੰਨ ਤੇ ਹੁਣ ਬਕਾਇਆ ਜਿਹੜਾ ਕੰਮ ਹੈ ਉਹ ਕਰੇ ਨੂੰ A few moments later ਇਹ ਚੈੱਕ ਕਰੇ ਦੋਸਤੋ ਸੀ ਨਵਾਂ ਕਦਾ ਖੁੱਲ੍ਹ ਗਏ ਇੰਜਨ ਬੰਦ ਥੀ ਗਏ ਚੈੱਕ ਕਰੋ ਮੈਂ ਕੂੜ ਤਾਂ ਕਹਿ ਨਹੀਂ ਮਾਰਿਆ ਬਈ ਵਾਲ ਠੇਕੇ ਨੇ ਇੰਜਣ ਦੇ ਅਤੇ ਇਹਨਾਂ ਕੰਮ ਕੋਈ ਕਹਿ ਨਹੀਂ ਕਰਵਾਉਂਦਾ ਅੱਲਾ ਕਰੇ ਸਟਾਰਟ ਥੀ ਬੰਜੇ ਅੱਲਾ 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 ਓਏ ਹੋਏ 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 ਕਰੋ ਸੀ ਸਟਾਰਟ ਅੱਲਾ 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 ਕੋਸ਼ਿਸ਼ ਨਾਕਾਮ ਹੈ ਭਾਗ ਇਨਸੇ ਨਾ ਮੈਂ ਕਿਨੇ ਸਿਗਰਟ ਵਾਲਾ ਮਾਚਸ ਸੀ ਤੇ ਨਾ ਤੈਂ ਕਿਨੇ ਇਹਨੂੰ ਖੜਕਾ ਹਮਸੈਨ ਦਾ ਦਰ ਮਤਾਲੀ ਗੱਲ ਦੇ ਦੇ ਮੈਨ ਸਾਗੂ ਤਾਂ ਕੋਈ ਮਾਚਸ ਨਹੀਂ ਦਿੰਦਾ ਹਮਸੈਨ ਦੇ ਗੁਰੂ ਮਾਚਸ ਗਿੰਦਾ ਪੇ ਮਲਾ ਇਹ ਕੋ ਦੇਸੂ ਕਿਆ ਦੇਸੂ ਇਹ ਕੋ ਭਾਸ਼ਾ ਇਹ ਕੋ ਦੇਸੇ ਨਾ ਭਾਲ ਹੈ ਸੰਦੇ ਇਹ ਕੋ ਤੇ ਜਿਹਨੇ ਨਹੀਂ ਹਾਲਾਤ ਇਵੇਂ ਕੋ ਲਾਉਣਾ ਲਾਉਣੀ ਕੋ ਬਾਅਦ ਚ ਹੀ ਦੀ ਹੈ ਕਲੋਜ਼ ਦੇ ਤੱਕ ਦੋਸਤ ਦਿਖਾਉਣ ਇਹ ਦੇਖੋ ਇਹ ਤੂੰ ਕਹਿ ਰਹੇ ਵੀ ਨਾ ਸਮਝ ਵੀ ਮੋਬਾਈਲ ਵਾਂਦਾ ਪੇ ਸੀ ਇਹਦਾ ਕੀ ਕਸੂਰ ਹੈ ਆਹ ਕੋਟਾ ਦੇ ਨੇੜਿਆ ਖੜੇ ਜਿਹੜੇ ਪਿਆਚ ਕੀ ਮੈਂ ਇਹਨਾਂ ਕੰਡਾ ਕੱਢੇ ਸਾਂ ਬਾਂਜੇ ਦੇ ਰਾਤ ਟਸ ਮੈਂ ਕਹਿੰਦਾ ਸਾਡੇ ਸਾਂ ਟਸ ਆ ਪਕੜ ਇਹਦੇ ਕੋਲ ਸੀ ਚਿਮਨੀ ਦੇਣੇ ਪੈਣੇ ਕੋ ਮਾਰਚ ਦੀ ਅੱਜ 16-17 ਤਰੀਕ ਹੈ ਭਾਈ ਮੈਂ ਸਿਮ ਗਈ ਹੁਣ ਸਾਨੂੰ ਮੈਂ ਮਾਰਾਂ ਕਿਹੜਾ ਖਿਆਲ ਕਰੀ ਉਹਨੇ ਮੇਰੇ ਉੱਤੇ ਸੱਟੇ ਬੜਾ ਡੀਜ਼ਲ ਸੀਜ਼ਲ ਪਾ ਤੇ ਆਉਣ ਵਾਲਾ ਹੈ ਤੂੰ ਬਹਾ ਲੈਣਾ ਪਿੱਛੋਂ ਵਾਰ ਮੈਂ ਤਾਂ ਕਮਾਲ ਠੀਕ ਹੈ ਖਾਦੀ ਖਾਦੀ ਖਾਰ ਤੇ ਥੋੜਾ ਪਿੱਛੇ ਖਣੀ 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 ਉੱਤੇ ਜਾ ਲੁੱਤੇ ਇਹ ਚੱਲ ਪੈ ਓ ਠੀਕ ਹੀ ਸਟਾਰਟ ਓ ਠੀਕ ਹੀ
ਨਹੀਂ ਬਚਣਾ ਪਹਿਲੇ ਸਟਾਨਾ ਦੇ ਨਾਲ ਪਾਣੀ ਨਹੀਂ ਚਾਹੀਦਾ ਬਰਬਾਦ ਕੀਤੀ ਫਿਰ ਪੰਜ ਛੇ ਦਫਾ ਦੋਸਤ ਆਏ ਸੀ ਤੇ ਸਟਾਰਟ ਕੀਤੇ ਸੀ ਪਹਿਲੇ ਮੈਂ ਕਹਿੰਦੀ ਕੈਮਰਾ ਕਹਿੰਦਾ ਮੈਂ ਨਹੀਂ ਬੜਾ ਸਕਿਆ ਭਾ ਤਾਂ ਬਲਦੀ ਬਲਦੀ ਮੈਂ ਨਹੀਂ ਇਹ ਤਲੂ ਗੱਲ ਕਹਿੰਦਾ ਮੈਂ ਭਗਵਾਨ ਪਾਣੀ ਕਹਿੰਦਾ ਥੱਲੇ ਸੱਟੀ ਟਸ ਪਕੜਦਾ ਓਏ ਮੇਰਾ ਪਾਸਾ ਪਾਸਾ ਮੇਰਾ ਪਾਸਾ ਗਿਆ ਆਇਆ ਪਾਸਾ ਗਿਆ ਮਾ ਤੇ ਸੁਣਾ ਨਹੀਂ ਦੱਸਣਾ ਹਾਂ ਮੈਂ ਤਰੇ ਮਸਲੇ ਸੀ ਨੇ ਪੈਂ ਦੋਸਤੋ ਪਾਣੀ ਨਹੀਂ ਜਾਣਾ ਕਈ ਵੇਲੇ ਕਹਿੰਦੇ ਇੰਜਨ ਸਟਾਰਟ ਦੇਣਾ ਕਈ ਵੇਲੇ ਬੈਲਟ ਲੈ ਪੈਂਦੇ ਬੈਲਟ ਪਾਏਗਾ ਲੈਨ ਆਊਟ ਥੀ ਗਏ ਸੀ ਲੈਨ ਆਊਟ ਥੀ ਗਏ ਦੋਸਤੋ ਤਰੇ ਮਸਲੇ ਬੜ ਗਏ ਨੇ ਤਾਂ ਬੈਲਟ ਲੈਵੇਂਦੇ ਪਹਿਲੇ ਇੰਜਣ ਸਟਾਰਟ ਨਾ ਸੀ ਨਾ ਇੰਜਣ ਸਟਾਰਟ ਕੀ ਬੈਲਟ ਗੱਲ ਲੱਥਾ ਅਤੇ ਪਾਣੀ ਨਾ ਚਾਹੁੰਦਾ ਪਾਣੀ ਪਾ ਬਾਰੇ ਥੱਕ ਪਏ ਸੀ ਜਿਹੜੇ ਪਾਣੀ ਪਾਕਦੇ ਸੀ ਬੈਲਟ ਹੀ ਪਾਕਦੇ ਇੰਜਣ ਸਟਾਰਟ ਕਰਨ ਪੈਸੇ ਵਾਲਾ ਇੰਜਣ ਸਟਾਰਟ ਸੀ ਕਿਤੇ ਵਾਲਾ ਮੁਕਾਲਾ ਬੈਲਟ ਥੀ ਗਏ ਹੁਣ ਬੈਲਟ ਲੈਵੇਂਦੇ ਵਾਲਾ ਬੋਰਿੰਗ ਚੱਲ ਪਏ ਮਿਹਰਬਾਨੀ ਅੱਲਾ ਦੀ ਬੋਰਿੰਗ ਚੱਲ ਪਏ ਸਹੀ ਹਾਂ ਦੋਸਤੋ ਕਿਆ ਚੀਜ਼ ਹੈ ਮੇਰੇ ਕੋਲ ਜ਼ਰੂਰ ਦੱਸੇ ਸੋ ਕਮੈਂਟਸ ਬੋਕਸ ਜ਼ਰੂਰ ਮੈਸੇਜ ਕਰੇ ਸੋ ਆ ਸਾਰੀ ਜਿਹੜੀ ਲੋਕਲ ਜ਼ਬਾਨ ਹੈ ਸਾਰੀ ਸਾਰਾ ਇੱਕ ਜ਼ਬਾਨ ਹੈ ਉਹ ਕੁਆ ਦੇ ਨੇ ਕੋ ਬੱਗ ਵਾਈਟ ਬੱਗ ਬੱਗ ਦੀਆਂ ਵੀ ਕਈ ਨਸਲਾਂ ਹੁੰਦੀਆਂ ਬਲੈਕ 'ਚ ਬੱਗ ਹੁੰਦੇ ਵਾਈਟ ਫੁੱਲ ਵਾਈਟ 'ਚ ਵੀ ਹੁੰਦੇ ਅਤੇ ਬਲੈਕ ਐਂਡ ਵਾਈਟ ਵੀ ਬੱਗ ਹੁੰਦੇ ਆਪ ਤਾਂ ਛਾਂ ਦੇ ਬਹੁ ਪੰਜ ਮਿੰਟ ਬਾਹਨੂੰ ਭਲਾ ਮੈਨੂੰ ਪੰਜ ਮਿੰਟ ਗੋਲੇ ਨਾਲ ਬਾਹਨੂੰ
ਭਲਾ ਇਹ ਆਪਣਾ ਬਰਤਨ ਵਗੈਰਾ ਪਿੰਚੇ ਇਹ ਵੀ ਚਾਹੀਵੇ ਸੂੰ ਅਤੇ ਭਲਾ ਘਰ ਨਿਕਲਤੇ ਵੇ ਸੂੰ ਇਹ ਕੋ ਪਾਣੀ ਲੱਗ ਚੁੱਕਿਆ ਅਲਹਮਦੁਲਿਲਾ ਇਹ ਬਦਨੇ ਅੱਲਾ ਤੇ ਪਾਣੀ ਟਿਕਾ ਤੇ ਅਤੇ ਅੱਲਾ ਕਰੇ ਸੀ ਹੁਣ ਇੰਜਣ ਚੱਲ ਸੀ ਪਿਆ ਬੰਦ ਕਰਨ ਸੀ ਚੱਲ ਸੀ ਪਿਆ ਅਤੇ ਜਿਹੜੇ ਸਾਡੇ ਕਿਆ ਦਿਨ ਵੇ ਭਾਈਵਾਲ ਹਾਂ ਭਾਈਵਾਲ ਹਨ ਉਹਨਾਂ ਇੱਕ ਰਿਕੁਐਸਟ ਕਰ ਸੂੰ ਯਾਰ ਇੰਜਣ ਚੱਲੇ ਚਲਾਇਆ ਕਰੋ ਨਾ ਹੁਣ ਰਿਹਾ ਤੂੰ ਕੜਾ ਕਿ ਮੈਂ ਇੰਜਣ ਚਲੇ ਸਾਂ ਹੁਣ ਨਾ ਮੈਂ ਦੋਸਤੋ ਹੁਣੇ ਆਇਆ ਨਾ ਉਹ ਤੇਰੇ ਦੂਸਰਾ ਜਨਰਲ ਉਹ ਹਮਸਾਇਆ ਹਨ ਮੇਰੇ ਜਾਮ ਰਿਆਜ਼ ਸਾਹਿਬ ਅਤੇ ਉਹ ਆਖੇ ਨੇ ਕਿ ਹੁਣ ਤੁਸੀਂ ਜੇ ਲਈ ਪਾਣੀ ਲਾ ਗਏ ਨਾ ਆਪਣੇ ਖੇਤੇ ਕੋ ਤੇਰੇ ਨਾ ਮਤਲਬ ਮੈਂ ਆ ਅਤੇ ਨਾ ਆਪਣੇ ਖੇਤੇ ਕੋ ਪਾਣੀ ਲੈਣਾ ਅਤੇ ਮੈਂ ਕਿਹਾ ਯਾਰ ਗੱਲ ਨਹੀਂ ਹੈ ਕਿ ਨਾ ਇੰਜਣ 3-4 ਦਫਾ ਬੰਦ ਹੈ ਅਤੇ ਉਹਦਾ ਥੋੜ੍ਹਾ ਮਸਲਾ ਮਸਾਇਲਾ ਥੋੜ੍ਹਾ ਬਹੁਤਾ ਉਹਨਾਂ ਕੰਮ ਥੀ ਮਿਲਾ ਲਾ ਮੋਬਲੈਲ ਸ਼ੁਬਲੈਲ ਪਤਾ ਨਹੀਂ ਕੋਈ ਛੋਟਾ ਮੋਟਾ ਵਿਆਹੀ ਖਰਚਾ ਜਿਹੜਾ ਅਸਾਂ ਇੰਜਣ ਦੇ ਘਰ ਛੋੜੇ ਸੀ ਵਾਲਾ ਜਾਨ ਛੁੱਟ ਗਈ ਹੈ ਅਤੇ ਅੱਲਾ ਖੈਰ ਕਰੇ ਸੀ ਅਤੇ ਸਾਰੇ ਕੋ ਰਿਕੁਐਸਟ ਕਰੇ ਸੀ ਜਿਹਨਾਂ ਯਾਰ ਇੰਜਣ ਦਾ ਨਾ ਕੋਈ ਬੰਦੋਬਸਤ ਕਰੋ ਅਤੇ ਵਲੋਗ ਜਿਹੜਾ ਨਾ ਅੱਧਾ ਕਾਫੀ ਲੰਬਾ ਦੇ ਗਏ ਅਤੇ ਵਲੋਗ ਮੈਂ ਸਰਾਇਕੀ 'ਚ ਬਣਾਇਆ ਵੀ ਅਤੇ ਇੰਜਣ ਦਾ ਜਿਹੜਾ ਇਨਸ਼ਾਅੱਲਾ ਆਪਾਂ ਅਨ ਕਰੀ ਬੰਦੋਬਸਤ ਕਰੇ ਸੂੰ ਕਿਉਂਕਿ ਸਰਦੀ ਦੇ ਕਾਫੀ ਤੰਗ ਕੀਤੇ ਸਰਦੀ ਦੇ ਹੋਣ ਬਾਵਜੂਦ ਹੁਣ ਤਾਂ ਦੇਖੋ ਨਾ ਮਾਰਚ ਤੱਕ ਬਣਾ 17-18 ਤਰੀਕ ਅਤੇ ਹੁਣ ਵੀ ਤੰਗ ਕਰਨਾ ਪਿਆ ਕੋਈ ਨਾ ਚਿਮਨੀ ਲਿਆਉਣ ਪੈਂਦੀ ਹੈ ਭਾਅ ਦੀ ਅਤੇ ਤਾਂ ਮੰਨ ਕੇ ਉਹ ਗਰਮ ਥੀਂਦੇ ਅਤੇ ਸਟਾਰਟ ਥੀਂਦੇ ਅਤੇ ਇਨਸ਼ਾਅੱਲਾ ਸਾਰਿਆਂ ਕੋਲ ਰਿਕੁਐਸਟ ਕਰੇ ਸੂ ਜਿਹੜੇ 4-5 ਭਾਈਵਾਲ ਹਨ ਨਹੀਂ ਪੀਟਰ ਦੇ ਕਿ ਯਾਰ ਕਾਂਡੀ ਅਰਜ਼ ਹੈ ਕਿ ਇੰਜਣ ਕੰਮ ਕਰਵਾਓ ਨਾਲ ਨਾਲ ਜਿਹੜਾ ਇੰਜਣ ਚਲਾਵੇ ਮੋਬਲੈਲ ਸ਼ਿਬਲਾ ਓਇਲ ਵਗੈਰਾ ਸਾਰਿਆਂ ਕੋਲ ਦੇਖ ਤੇ ਤੁਸੀਂ ਨਾਲ ਕੰਮ ਕਰਵਾ ਕੇ ਦਾ ਕਰੋ ਅਤੇ ਆਪਾਂ ਹੁਣ ਕਰਨੇ ਪਏ ਵੀਲੋਗ ਕੋ ਐਂਡ ਅਗਰ ਅੱਛਾ ਲੱਗੇ ਤਾਂ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰੋ ਦੋਸਤੇ ਨਾਲ ਆਪਣੀ ਫੈਮਿਲੀ ਮੈਂਬਰ ਸਾਥ ਦੁਆਚੇ ਮੈਂ ਯਾਦ ਰੱਖਿਓ ਓਕੇ ਅੱਲਾ ਹਾਫਿਜ਼।